ਆਪਣਾ ਨਾਂ ਦੱਸਿਆ ਜੀ ਪਹਿਲਾਂ? ਮੇਰਾ ਨਾਂ ਮਹਿੰਦੀ ਖਾਨ। ਮਹਿੰਦੀ ਖਾਨ, ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ? ਨਵਾਬ ਖਾਨ। ਨਵਾਬ ਖਾਨ ਨੰਬਰਦਾਰ ਸੀ। ਅੱਛਾ ਜੀ, ਨਵਾਬ ਖਾਨ ਨੰਬਰਦਾਰ। ਤੇ ਆਪਣਾ ਪਿਛਲਾ ਪਿੰਡ ਕਿਹੜਾ ਸੀ? ਉਹ ਹੈਗਾ ਸੀ ਲੈਪੋ ਗੈਰੀ। ਲੈਪੋ ਗੈਰੀ, ਹਾਂਜੀ। ਇਹਦਾ ਥਾਣਾ ਕਿਹੜਾ ਸੀ ਲੈਪੋ ਗੈਰੀ ਦਾ? ਥਾਣਾ ਹੈਗਾ ਸੀ ਗੁਰੂ ਸਰਾਜ। ਗੁਰੂ ਸਰਾਜ, ਗੁਰੂ ਸਰਾਜ। ਅੱਛਾ ਜੀ, ਤੇ ਤਹਿਸੀਲ? ਤਹਿਸੀਲ ਮੁਕਤਸਰ ਸੀ। ਮੁਕਤਸਰ ਤਹਿਸੀਲ ਸੀ। ਤੇ ਜ਼ਿਲ੍ਹਾ? ਜ਼ਿਲ੍ਹਾ ਫਿਰੋਜ਼ਪੁਰ ਦਾ। ਅੱਛਾ ਜੀ, ਅਤੇ ਉੱਥੇ ਆਪਣੀ ਕਿੰਨੀ ਪੈਲੀ ਸੀ? ਉੱਥੇ ਪੈਲੀ ਤਾਂ ਸੀ ਆਪਣੀ 532 ਕਿੱਲੇ। ਅੱਛਾ, 532 ਕਿੱਲੇ ਪੈਲੀ ਸੀ ਉੱਥੇ, ਠੀਕ ਹੈ। ਅਤੇ ਜਿਹੜਾ ਹੋਰ ਉੱਥੇ ਕਿੰਨੇ ਕਿੱਡਾ ਕੁ ਪਿੰਡ ਸੀਗਾ? ਹਾਂਜੀ, ਕਿੱਡਾ ਕੁ ਪਿੰਡ ਸੀ? ਵਾਹਵਾ ਘਰ ਸੀ, ਵਾਹਵਾ ਤਗੜਾ ਸੀ। ਅੱਛਾ, ਅਤੇ ਕਿੰਨੇ ਕੁ ਮੁਸਲਮਾਨ ਜਾਂ ਹਿੰਦੂ ਸਿੱਖ ਸੀ? ਹਿੰਦੂ ਸਿੱਖ ਸਾਡੇ ਪਿੰਡ ਐਵੇਂ ਇੱਕ ਦੋ ਘਰ ਸੀ, ਬਾਕੀ ਤਾਂ ਸਾਰੇ ਮੁਸਲਮਾਨ ਹੀ। ਅੱਛਾ, ਉਹਨਾਂ ਹਿੰਦੂਆਂ ਦੇ ਕੋਈ ਨਾਂ ਯਾਦ? ਹਿੰਦੂਆਂ ਦੇ ਨਾਂ ਇੱਕ ਤਾਂ ਦਿਨਾਂ ਦਾ ਮੂਛੀ ਸੀ ਹੁੰਦਾ ਕਰਾੜ। ਅੱਛਾ ਜੀ, ਅਤੇ ਇੱਕ ਇੱਧਰ ਸੀ ਸਾਡੇ ਪਿੰਡ ਨਾਲ ਸਾਥੋਂ ਰਜੀਤਗੜ੍ਹ ਜੀ। ਰਜੀਤਗੜ੍ਹ, ਹਾਂ ਠੀਕ। ਉਹਦੇ ਵਿੱਚ ਬੈਠੇ ਸੀ ਸੋਢੀ, ਠੀਕ ਹੈ। ਇੱਕ ਉਹਦਾ ਵੱਡਾ ਜਿਹੜਾ ਭਰਾ ਸੀ ਉਹਨਾਂ ਦਾ, ਉਹਦਾ ਸੀ ਨਾਮ ਮੂਲਾ ਜੀ, ਮੂਲਾ ਸਿੰਘ ਜੀ ਜੀ। ਅਤੇ ਉਹਦੇ ਜਿਹੜੇ ਪੁੱਤਰ ਸੀ, ਹਾਂਜੀ, ਉਹ ਬਾਕੀ ਉਹਨਾਂ ਨੂੰ ਲੜਦੇ ਸੀ। ਉਹ ਬਹਿ ਕੇ ਜਿਵੇਂ ਹੁਣ ਆਪਾਂ ਆ ਗਏ ਨਾ ਜੀ, ਉਹ ਮੁਸਲਮਾਨਾਂ ਦੇ ਕੋਲ ਹੀ ਖਾਣਾ ਬਹਿ ਕੇ ਰੋਟੀ ਪਾਣੀ ਅਤੇ ਸ਼ਰਾਬ ਸ਼ਰੂਬ ਪੀ ਜਾਣਾ ਅਤੇ ਖਾ ਜਾਣਾ ਜਾਂਦੇ ਜਾਂਦੇ। ਉਹਨਾਂ ਦਾ ਕੋਈ ਲੜਨਾ ਵੀ ਤੁਸੀਂ ਇਹ ਕੀ ਕੰਮ ਕਰਦੇ ਜੇ, ਜਾਂ ਤੁਹਾਡਾ ਆਪਕਾ ਪਾਣੀ ਬੰਦ, ਵੀ ਤੁਸੀਂ ਵੀ ਤਾਂ ਮੁਸਲਮਾਨਾਂ ਨਾਲ ਖਾਂਦੇ ਜੇ ਬਾਈ, ਅਸੀਂ ਨਹੀਂ ਖਾਂਦੇ ਜੀ ਜੀ। ਤੇ ਲੈਪੋ ਗੈਰੀ ਦੇ ਨਾਲ ਨਾਲ ਹੋਰ ਕਿਹੜੇ ਪਿੰਡ ਸੀ? ਬੜੇ ਬੜੇ ਪਿੰਡ ਸੀ, ਇੱਕ ਚੰਡੂ ਵਾਲਾ ਜੀ, ਇੱਕ ਜੰਡ ਵਾਲਾ ਜੀ ਜੀ, ਇੱਕ ਕਾਨ ਸਿੰਘ ਵਾਲਾ ਜੀ, ਇੱਕ ਰੀਤਗੜ੍ਹ ਜੀ, ਇੱਕ ਇੱਧਰ ਹੈਗਾ ਸੀ ਰੱਥੇ ਵਾਲਾ ਜੀ, ਇਹ ਪਿੰਡ ਸੀ ਸਾਡੇ ਨੇੜੇ ਨੇੜੇ। ਅੱਛਾ ਜੀ, ਸਹੀ। ਤੇ ਆਪਾਂ ਹੁਣ ਇੱਥੇ ਕਿੱਥੇ ਬੈਠੇ ਹਾਂ ਵੀ ਦੱਸ ਦਿਓ? ਇਹ ਕਿਹੜਾ ਪਿੰਡ ਹੈ? 57 ਚੱਕ। ਇਹ 57 ਚੱਕ ਦਾ ਰਕਬਾ? ਆਹ ਰਕਬਾ ਸਾਰਾ ਹੀ ਹੈ ਨਹਿਰ ਤੋਂ ਲੱਗ ਕੇ ਨਾ ਜੀ, ਇੱਥੋਂ 57-4 ਬਾਹਰ ਚਾਹੀ ਜਾਂਦਾ ਸਾਹੀਵਾਲ ਦੇ ਵਿੱਚ। ਇਹਦਾ ਨਾਂ ਪਹਿਲਾਂ ਮਣਗੁਮਰੀ ਹੁੰਦਾ ਸੀ? ਨਾਂ ਪਹਿਲਾਂ ਜਾਂਦਾ ਇਹ ਸ਼ੁਰੂ ਤੋਂ ਹੀ ਹੈ, ਮਣਗੁਮਰੀ ਸੀ ਨਾ ਪਹਿਲਾਂ ਅੰਗਰੇਜ਼ਾਂ ਦੇ ਦੌਰ 'ਚ ਸਾਹੀਵਾਲ ਦਾ ਨਾਂ ਆਪਣੇ ਜ਼ਿਲ੍ਹੇ ਦਾ ਇੱਥੋਂ ਦੇ ਦਾ ਸਾਹੀਵਾਲ। ਅੱਛਾ ਜੀ, ਅਤੇ ਜਦੋਂ ਤੁਸੀਂ ਉੱਥੇ ਸਕੂਲੇ ਵੀ ਗਏ ਕਦੀ? ਹਾਂਜੀ। ਅੱਛਾ, ਸਕੂਲੇ ਮੈਂ ਜਾਂਦਾ ਰਿਹਾ। ਕਿਹੜੇ ਪਿੰਡ ਸੀ ਸਕੂਲ? ਉਹ ਬੜਾ ਨਾਲ ਸੀ ਲੈਪੋ। ਅੱਛਾ ਜੀ, ਅਤੇ ਉੱਥੇ ਮੈਂ ਉਰਦੂ ਦਾ ਕਾਇਦਾ ਇੱਕ ਪੜ੍ਹਿਆ ਸੀ। ਅੱਛਾ, ਅਤੇ ਫਿਰ ਇਹਦੇ ਰੌਲਾ ਪੈ ਗਿਆ। ਅੱਛਾ, ਮੁੜ ਇੱਧਰ ਆ ਗਿਆ। ਉਸਤਾਦ ਦਾ ਕੋਈ ਯਾਦ ਹੈ ਤੁਹਾਨੂੰ ਕੋਈ ਇੰਨਾ ਨੂੰ ਜਾਂ ਪਤਾ ਹੋਵੇ ਹਿੰਦੂ ਸੀ ਜਾਂ ਮੁਸਲਮਾਨ ਸੀ? ਉਹ ਹਿੰਦੂ ਹੈਗਾ ਸੀ ਵਿੱਚ। ਅੱਛਾ, ਉਹਨਾਂ ਦਾ ਉਦੋਂ ਆਪਾਂ ਨੂੰ ਉਹ ਵੀ ਮੁਸਲਮਾਨ ਹੀ ਸੀ ਸਾਰੇ। ਅੱਛਾ, ਉਹ ਚੱਕ ਜਿੱਥੇ ਚੱਕ ਚ। ਅੱਛਾ, ਸਕੂਲ ਸੀ ਨਾ। ਅੱਛਾ, ਲੈਪੋ ਵੀ ਤਾਂ ਗੈਰੀ ਵੀ ਤੁਹਾਡੇ ਵਾਲਾ ਪਿੰਡ ਵੀ? ਹਾਂਜੀ ਠੀਕ। ਅਤੇ ਇਹ ਜੇ ਆਪਣਾ ਕੋਈ ਨਾਲ ਜਾਂਦੇ ਹੁਣ ਪੜ੍ਹਨ, ਉਹਨਾਂ ਦਾ ਨਾਂ ਯਾਦ ਹੈ ਕਿਸੇ ਦਾ ਤੁਹਾਡੇ ਨਾਲ ਜਿਹੜੇ? ਹੁਣ ਸਾਡੇ ਨਾਲ ਦੇ ਜਿਹੜੇ ਜਾਂਦੇ ਸੀ, ਇੱਕ ਦੇ ਨਾਂ ਕਰਾਰਾ ਸੀ, ਉਹ ਮਰ ਗਿਆ। ਅੱਛਾ ਜੀ, ਅਤੇ ਬਾਕੀ ਇੱਕ ਅਮਨਦੀਨ ਸੀ, ਉਹ ਚਾਚਾ ਹੀ ਸਾਡਾ ਲੱਗਦਾ ਜੀ, ਠੀਕ ਠੀਕ, ਉਹ ਵੀ ਮਰ ਗਿਆ। ਅੱਛਾ, ਆਹ ਸਾਡੇ ਭਾਈਏ ਜੋ ਸੀ ਕਾਹ ਪਿਆ ਜੀ, ਇੱਕ ਉੱਥੇ ਕਬਰਾਂ 'ਚ ਇਹ ਵੀ ਪੜ੍ਹਦੇ ਸੀ। ਅੱਛਾ ਅੱਛਾ, ਇਹ ਮੁੰਡਾ ਜਿਹੜਾ ਆ ਪਿਆ, ਇਹਨੂੰ ਹੋ ਗਿਆ ਸਾਹ ਦੀ ਕਸਰ ਜੀ, ਰੁਕਣ ਲੱਗ ਪਿਆ। ਹਾਂਜੀ, ਉਹ ਫਿਰ ਅਸੀਂ ਫਿਰ ਹਟਾ ਲਿਆ। ਅੱਛਾ, ਜੋ ਰਹਿਣ ਲਈ। ਅਤੇ ਇਹ ਜਦੋਂ ਪਹਿਲਾਂ ਰਹਿੰਦੇ ਸੀ ਉੱਥੇ, ਉੱਥੇ ਮੁਸਲਮਾਨਾਂ ਦਾ ਹਿੰਦੂਆਂ ਦਾ ਰੌਲਾ ਰੁਲਾ ਸੀ ਕੋਈ ਪਿੰਡਾਂ 'ਚ ਆਪਸ 'ਚ? ਕੋਈ ਰੌਲਾ ਨਹੀਂ ਸੀ, ਕੋਈ ਕੱਖ ਨਹੀਂ ਸੀ। ਅੱਛਾ, ਜਦੋਂ ਚੜਿਆ ਨਾ ਪਾਦਰੋਂ, ਉਸ ਪਾਦਰੋਂ ਦੇ ਵਿੱਚ ਕਿਨਾ ਇਹ ਦੁਨੀਆ ਦਾ ਵੀ ਰੌਲਾ ਪੈਣ। ਤੁਹਾਨੂੰ ਕਦੋਂ ਪਤਾ ਲੱਗਾ ਵੀ ਹੁਣ ਉੱਠਣਾ ਪੈਣਾ? ਪਤਾ ਲੱਗਾ ਇਸ ਤੋਂ, ਸਾਡੇ ਪਿੰਡ ਜਿਹੜਾ ਸੀ ਨਾ ਸ਼ਹਿਰ। ਅੱਛਾ, ਮੁਕਤਸਰ ਨਾ, ਗੁਰੂ ਸਾਹਿਬ। ਅੱਛਾ, ਗੁਰੂ ਸਾਹਿਬ। ਉੱਥੇ ਸਾਡੇ ਬੰਦੇ ਗਏ ਦੇਖਣ ਵਾਸਤੇ ਜੀ, ਵੀ ਉੱਥੇ ਰੌਲਾ ਪੈਂਦਾ। ਅੱਛਾ ਅੱਛਾ, ਉਹ ਜਿਹੜੇ ਸੀ ਨਾ ਉੱਥੋਂ ਦੇ ਚੂੜੇ ਬੈਠੇ। ਅੱਛਾ, ਉਹਨਾਂ ਸਾਨੂੰ ਆਖਿਆ ਵੀ ਲੰਬਰਦਾਰ ਜਿੱਥੋਂ ਪਿੱਛੇ ਮੁੜ ਜਾਓ, ਇਹ ਸ਼ਹਿਰ ਦੇ ਵਿੱਚ ਤਾਂ ਗੋਲੀ ਚੱਲੀ ਜਾਂਦੀ ਜੀ। ਉਹ ਫਿਰ ਉੱਥੋਂ ਪਿੱਛੇ ਮੁੜ ਆਏ। ਅੱਛਾ, ਉੱਥੋਂ ਫਿਰ ਅਸੀਂ ਆਣ ਕੇ ਅਤੇ ਗੱਡਾ ਪਿੰਡ ਆਪਦਾ ਬਣਾਇਆ, ਬਣਾ ਬਣੂ ਕੇ ਅਤੇ ਆਪਦਾ ਜਿਹੜਾ ਉਹ ਬਾਹਰ ਮੰਜੀ ਸੀ ਉਹ ਲੱਦਲੀ, ਅਤੇ ਅਗਲੇ ਦਿਨ ਟੁਰ ਪਏ। ਪੂਰਾ ਪਿੰਡ ਹੀ ਟੁਰ ਪਿਆ ਜਾਂ ਤੁਸੀਂ ਇਕੱਲੇ? ਸਾਰਾ ਪਿੰਡ ਹੀ। ਅੱਛਾ ਅੱਛਾ, ਅਸੀਂ ਇੱਧਰ ਦੇ ਪਿੰਡ 'ਚੋਂ ਜਦੋਂ ਰਜੀਤਗੜ੍ਹ ਦੇ ਵਿੱਚੋਂ ਡੋਲੇ ਆਉਂਦੇ ਸੀ, ਉਹਨਾਂ ਨੂੰ ਆਖਣਾ ਬਹਿ ਜਾਓ ਤੁਹਾਨੂੰ ਕੀ ਗੱਲ ਹੋ ਗਈ ਹੈ, ਉਹਨਾਂ ਆਖਣਾ ਤੁਹਾਨੂੰ ਵੀ ਪਤਾ ਲੱਗ ਜਾਏਗਾ। ਉਹਨਾਂ ਸਾਥੋਂ ਅੱਗੇ ਉੱਠ ਕੇ ਹੋ ਜਾਣਾ ਅਤੇ ਉਹ ਦੂਜੇ ਜਣਾ ਅਸੀਂ ਵੀ ਮਗਰੇ ਉੱਠ ਪੜਾ। ਅੱਛਾ, ਅਤੇ ਤੁਹਾਡੇ 'ਤੇ ਕੋਈ ਹਮਲਾ ਤਾਂ ਨਹੀਂ ਹੋਇਆ ਰਾਹ 'ਚ? ਨਹੀਂ ਨਹੀਂ। ਅੱਛਾ, ਅਸੀਂ ਰਾਹ ਦੇ ਵਿੱਚ ਕੋਈ ਬੰਦਾ ਨਹੀਂ ਵੇਖਿਆ, ਨਾ ਕੋਈ ਸਿੱਖਾਂ ਦਾ, ਮੁਸਲਮਾਨ ਹੀ ਟੱਕਰਦੇ ਰਹੇ ਨੇ,
ਜਿਹੜੇ ਆਉਂਦੇ ਜਾਂਦੇ ਸਾਡੇ ਨਾਲ ਕਰਦੇ ਹੋਏ। ਅੱਛਾ, ਤੇ ਕਾਫਲਾ ਬੜਾ ਹੈਗਾ ਸੀ, ਦਸਾਂ ਪਿੰਡਾਂ ਦਾ। ਦਸਾਂ ਪਿੰਡਾਂ ਦਾ ਕਾਫਲਾ? ਤੇ ਅੱਛਾ, ਉੱਥੋਂ ਪਿੰਡੋਂ ਨਿਕਲੇ ਤੇ ਕਿਹੜੇ ਪਿੰਡ ਗਏ ਤੁਸੀਂ? ਉੱਥੋਂ ਨਿਕਲੇ ਤਾਂ ਅਸੀਂ ਗਏ ਸਾਨ ਵਾਲੇ ਚੱਕ। ਸਾਨ ਵਾਲੇ ਚੱਕ? ਹਾਂਜੀ, ਉੱਥੋਂ ਨਿਕਲਦੇ ਕਈਆਂ ਦਾ ਹੋ ਗਏ, ਅਤੇ ਹੌਲੀ ਹੌਲੀ ਟੁਰਦੇ 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 ਕਿੰਨੇ ਲੱਗੇ ਤੁਹਾਨੂੰ? ਕਿਹੜਾ ਟੱਪੇ ਸੀ? ਇੱਕ ਮਹੀਨੇ ਦੇ ਵਿੱਚ ਆਏ। ਇੱਕ ਮਹੀਨਾ ਲੱਗਿਆ ਤੁਹਾਨੂੰ? ਤੇ ਹੈਡ ਕਿਹੜਾ ਟੱਪੇ ਸੀ? ਹਾਂਜੀ, ਕਿਹੜਾ ਹੈਡ? ਗੰਡਾ ਸਿੰਘ ਵਾਲਾ? ਹਾਂਜੀ, ਕਸੂਰ ਵਾਲਾ। ਅੱਛਾ, ਤੇ ਉਹ ਮਹੀਨਾ ਤੁਸੀਂ ਪੂਰਾ ਰਾਹ ਦੇ ਵਿੱਚ ਕਿਵੇਂ ਫਿਰ ਗੁਜ਼ਰ ਬਸਰ? ਮੈਂ ਰਾਹ 'ਚ ਟੁਰਿਆ ਆਉਂਦਿਆਂ ਜਿੱਥੇ ਮੀਂਹ ਪੈਂਦੀ ਹੈ। ਹਾਂਜੀ, ਜੇ ਮੀਂਹ ਨਾ ਪੈਂਦੇ ਨਾ, ਹੋ ਸਕਦਾ ਹੈ ਸਾਡੇ ਕਾਫਲੇ ਵੀ ਨਹੀਂ ਆਉਣੇ। ਅੱਛਾ, ਇਹ ਮੀਂਹ ਪੈਣੇ ਮੁਸਲਮਾਨਾਂ ਦੀ ਬੱਚਤ ਹੋ ਗਈ। ਅੱਛਾ ਅੱਛਾ, ਤੇ ਮੁੜ ਕੇ ਬਾਅਦ ਦੇ ਵਿੱਚ ਰਾਹ 'ਚ ਜੇ ਕਿਤੇ ਕੋਈ ਕਿਸੇ ਕੋਲ ਬਾਲਣ ਤਾਂ ਥੋੜ੍ਹਾ ਹੁੰਦਾ ਸੀ, ਜਾਂ ਕਿਤੇ ਖੂਹ ਵੇਖਣਾ ਉਹਦਾ ਉੱਤੇ ਜੋੜਾ ਚੱਕਰ ਹੋਣਾ, ਉਹ ਲਾ ਲੈਣਾ, ਚੀਰ ਲੈਣਾ ਅਤੇ ਬਾਲ ਲੈਣਾ, ਉਹਦੀ ਕਾਂਜਣ ਹੋਣੀ ਉਹ ਵੀ ਲਾ ਕੇ ਚੀਰ ਲੈਣੀ, ਅਤੇ ਬਸ ਇਸ ਤਰ੍ਹਾਂ ਲੱਗੇ। ਐਡ ਦੇ ਵਿੱਚ ਅਸੀਂ ਅਸੀਂ ਸ਼ਾਹ ਮੇਲੇ ਐਡ ਟੱਪੇ। ਅੱਛਾ, ਸ਼ਾਹ ਮੇਲੇ ਕਸੂਰ ਵਾਲਾ? ਅਤੇ ਅਸੀਂ ਵੇਖਿਆ ਨਾ ਤਾਂ ਮਾਰ ਸਿੱਖਾਂ ਦੇ ਗੱਡਿਆਂ ਦੀ ਪੰਜਾਂ ਛੋਂ ਮੀਲਾਂ ਦੇ ਵਿੱਚ ਲੈਣ ਹੀ ਲੱਗੀ ਹੋਵੇ। ਇੱਧਰੋਂ ਇੱਧਰੋਂ ਜਾਂਦੇ ਜੀ, ਇੱਧਰੋਂ ਜਿਹੜੇ ਜਾਣੇ ਜਾਂ ਪਰਾਂ ਜਾਣੇ ਸੀ ਜੀ ਜੀ, ਹੈਡ ਲੰਘਣਾ ਜੀ। ਹਾਂਜੀ, ਅੱਛਾ, ਅਸੀਂ ਵੀ ਉਹ ਹੀ ਹੈਡ ਲੰਘੇ ਸਾਂ, ਉਹਨਾਂ ਵੀ ਉਹ ਹੀ ਲੰਘਣਾ ਸੀ ਜੀ। ਅਸੀਂ ਉਹਨਾਂ ਨੂੰ ਨਹੀਂ ਗੱਲ ਆਇਆ, ਅਤੇ ਮਿਲਟਰੀ ਵਾਲੇ ਸਗੋਂ ਸਾਨੂੰ ਆਉਂਦੇ ਸੀ ਵੀ ਅਸੀਂ ਤਾਂ ਮਰ ਗਏ ਥਾਂ 'ਤੇ, ਸਿਰ 'ਤੇ ਉਡੀ ਉਡੀ ਕੇ, ਕੋਈ ਮੁਸਲਮਾਨਾਂ ਦਾ ਕਾਫਲਾ ਨਹੀਂ ਪਿਆ ਆਉਂਦਾ। ਅੱਛਾ ਅੱਛਾ, ਉਹ ਫਿਰ ਕਾਫਲਾ ਤੈਨੂੰ ਦੱਸਿਆ ਨਹੀਂ ਵੀ ਦਸਾਂ ਪਿੰਡਾਂ ਦਾ ਸੀ ਕਾਫਲਾ ਲੜਿਆ? ਉੱਥੇ ਫਿਰ ਸਾਡੀ ਮਾਈ ਸੀ ਇੱਕ ਦਾਦੀ ਸਾਡੀ, ਅਸੀਂ ਉਹ ਲੰਘਦੇ ਗਏ ਹਾਂ ਤੇ ਉਹ ਰਾਤ ਬਹੁਤ ਹੋ ਗਈ ਜੀ। ਅਸੀਂ ਆਖਿਆ ਵੀ ਇੱਥੇ ਕਬਰ ਕਿਸਾਨ ਚਾਹੇ ਕੋਈ ਜੀ। ਅੱਛਾ, ਤੁਸੀਂ ਗੱਡੇ ਟੋਰ ਲਓ ਜੀ, ਤੇ ਜਨਾਜਾ ਕਰਾ ਕੇ ਚੱਕ ਤੇ ਅਸੀਂ ਟੁਰ ਪਏ ਵੀ ਜਿੱਥੇ ਕਬਰਾਂ ਆਈਆਂ ਸਮਾਨ ਕਿੰਨਾ ਕੁ ਉੱਥੋਂ ਚੁੱਕਿਆ ਸੀ ਤੁਸੀਂ? ਲਿਆਏ ਕਿੰਨਾ ਕੁ ਉੱਥੋਂ ਸਮਾਨ? ਸਮਾਨ ਸਮਾਨ ਅਸੀਂ ਕੋਈ ਨਹੀਂ ਲਿਆਂਦਾ ਸੀ, ਸਿਰਫ ਚਾਰ ਬੋਰੀਆਂ ਛੋਲਿਆਂ ਦੀਆਂ। ਅੱਛਾ, ਤੇ ਚਾਰ ਕਣਕ ਦੀਆਂ ਬਸ। ਅੱਛਾ, ਤੇ ਜਾਗੂ ਭਾਂਡੇ ਸੀ ਜਿਹੜੇ ਇੱਕ ਦੋ ਖਾਣ ਪੀਣ ਆਏ, ਬਾਕੀ ਤਾਂ ਹੋਰ ਕੋਈ ਸ਼ਾਇਦ ਕੁਛ ਨਹੀਂ ਲਿਆਂਦਾ। ਇੱਕ ਮੰਜੀ ਲਿਆਂਦੀ ਸੀ ਜਿਹਦੇ 'ਤੇ ਸਾਡਾ, ਅਤੇ ਉਹ ਉੱਥੇ ਮੰਜੀ ਲਾ ਕੇ ਪੈ ਜਾਂਦਾ ਸੀ, ਅਸੀਂ ਪੁੰਜੇ ਹੀ ਹੁੰਦੇ। ਅਤੇ ਕਿੱਥੇ ਕਰਕੇ ਤੁਹਾਡਾ ਘਰ ਸੀ ਪਿੰਡ 'ਚ? ਹੁਣ ਤੁਸੀਂ ਸਿਆਣ ਲਓਗੇ ਜੇ ਕੋਈ ਤੁਹਾਨੂੰ ਲੈ ਜੇ ਪਿੰਡ 'ਚ। ਪਿੰਡ 'ਚ ਸਾਡਾ ਘਰ ਹੈਗਾ ਸੀ ਇੱਧਰ ਬਾਹਰ ਲੈਣੇ। ਅੱਛਾ, ਬਾਹਰ ਦੇ ਕਿਤੇ ਚੜ੍ਹਦੇ ਲੈਂਦੇ ਦੱਖਣ ਵਾਲੇ ਪਾਸੇ? ਅੱਛਾ, ਇੱਥੇ ਆਏ ਤੇ ਸਾਡਾ ਪਿੰਡ ਸੀ ਜੀ, ਅੱਧਾ ਪਿੰਡ ਇੱਧਰ ਛੱਡ ਦੇਣਾ ਜੀ, ਤੇ ਅੱਧਾ ਇੱਧਰ ਛੱਡ ਦੇਣਾ, ਜੇ ਵਿਸ਼ਾਲ ਜਿਹੜਾ ਵਿਸ਼ਾਲ ਦਾ ਬਾਹਰਲਾ ਬਾਹਰ ਬਾਜ਼ਾਰ ਸੀ ਨਾ ਜੀ ਜੀ, ਉਸ ਬਾਜ਼ਾਰ ਦੇ ਵਿੱਚ ਅਸੀਂ ਰਹਿੰਦੇ ਸਾਂ ਜੀ। ਉੱਥੇ ਨਾਲ ਹੀ ਸਾਹਮਣੀ ਸਾਡੀ ਇੰਜੀ ਵੀ ਆ ਕੋਠਾ ਇਵੇਂ ਬੈਠ ਕੇ ਬਣੀ। ਅੱਛਾ, ਤੇ ਦਿਲ ਕਰਦਾ ਕਦੀ ਪਿੰਡ ਵੇਖਣ? ਹੁਣ ਉੱਥੇ ਕੀ ਪਤਾ ਲੱਗਦਾ, ਕੋਈ ਤਾਂ ਉੱਥੇ ਰਹਿੰਦਾ ਹੀ ਹੋਣਾ ਪਿੰਡ। ਨਹੀਂ, ਹੁਣ ਨਹੀਂ ਪਤਾ ਲੱਗਦਾ। ਤੇ ਮਸੀਤ ਕਿੱਥੇ ਸੀ? ਕੋਈ ਸਦੀਆਂ ਹੋ ਚੱਲੀਆਂ। ਸਹੀ ਗੱਲ, ਬੜਾ ਦੇਰ। ਤੇ ਮਸੀਤ ਕਿੱਥੇ ਸੀ? ਮਸੀਤ ਹੈਗੀ ਸੀ ਜਿਵੇਂ ਆਪਾਂ ਨੂੰ ਉਹ ਹੈਗਾ ਨਾ ਕਬਰ ਦਾ ਡੇਰਾ, ਉੱਥੇ ਮਸੀਤ ਸੀ। ਤੇ ਕੱਚੇ ਮਕਾਨ ਹੋਣੇ ਹੈਗੇ ਆ, ਪੱਕੇ ਸੀ ਉਦੋਂ? ਮਕਾਨ ਕੱਚੇ ਕੱਚੇ ਸੀ। ਤੇ ਮਸੀਤ ਵੀ ਕੱਚੀ ਸੀ? ਹਾਂਜੀ, ਮਸੀਤ ਕੱਚੀ ਸੀ, ਮਸੀਤ ਪੱਕੀ ਸੀ। ਅੱਛਾ ਅੱਛਾ, ਜਿਵੇਂ ਹੁਣ ਮਕਾਨ ਪਾ ਕੇ ਨਾ ਜੀ, ਇਹ ਸਿਰਫ ਮੁਗਲਾ ਜਿਹਾ ਕੱਚਾ, ਤੇ ਅੱਗੇ ਜਿਹੜੀ ਬੂਹੇ ਹੁੰਦੇ ਸੀ ਨਾ, ਹਾਂਜੀ, ਉਹ ਪੱਕੇ ਕੀਤੇ ਹੁੰਦੇ। ਸਹੀ, ਤੇ ਇੱਧਰ ਫਿਰ ਕਿਵੇਂ ਆ ਕੇ ਬੈਠੇ? ਕਿੱਥੇ ਆ ਕੇ ਬੈਠੇ? ਕਸੂਰੋਂ ਅੱਗੇ ਲੰਘ ਗਿਆ, ਫਿਰ ਕਿਵੇਂ ਬੈਠੇ? ਕਿੱਥੇ? 57 ਹੀ ਤੈਨੂੰ ਦੱਸੀ ਜਾਂਦੇ, 57-4R ਇੱਥੇ ਸਾਹੀਵਾਲ 'ਚ ਆ ਗਏ ਤੁਸੀਂ? ਸਿੱਧੇ ਹੀ ਇੱਥੇ ਆਏ? ਇੱਥੇ ਕਿਸ ਲਾ ਨਾਲ ਤੁਸੀਂ ਆ ਗਏ? ਤੁਹਾਨੂੰ ਪਤਾ ਸੀ ਵੀ ਨਹੀਂ ਵੀ ਕਿੱਥੇ ਬਹਿਣਾ? ਉੱਧਰੋਂ ਉੱਠੇ, ਤੁਹਾਨੂੰ ਪਤਾ ਪਹਿਲਾਂ ਕਦੀ ਵੇਖਿਆ ਸੀ ਏਰੀਆ? ਸਾਨੂੰ ਨਹੀਂ, ਸਾਨੂੰ ਬੰਦਿਆਂ ਰਾਹ 'ਚ ਕਈਆਂ ਨੇ ਦੱਸਿਆ ਸੀ। ਅੱਛਾ, ਵੀ ਤੁਸੀਂ ਸਾਹੀਵਾਲ ਹੋ ਗਣਾ ਫਾਰਮ ਕਟਾਇਆ ਜੇ। ਅੱਛਾ, ਤੇ 57 ਚੱਕ ਦਾ ਕਟਾਇਆ ਜੇ। ਅੱਛਾ, ਉਹ ਫਿਰ ਅਸੀਂ ਫਿਰ ਗਏ ਬੰਦੇ ਤੇ ਨਾ ਉੱਥੇ ਸਾਹੀਵਾਲ ਦੇ ਜਿਹੜੇ ਦਾ ਇਸ ਚੱਕ ਦਾ ਫਾਰਮ ਕਟਾ ਲਿਆ, ਇਹ ਫਿਰ ਅਸੀਂ ਫਿਰ ਇੱਥੇ
ਅਸੀਂ ਸਾਰਾ ਪਿੰਡ ਆਪਦਾ ਜਿੰਨਾ ਸੀ ਨਾ ਕਾਫਲਾ ਜੀ, ਉਹ ਕੋਈ ਤਾਂ ਬਹਿ ਗਿਆ ਵਿੱਚ ਵਾੜ ਕੇ ਪਿੰਡ ਦੇ ਘਰ ਬਹਿ ਗਏ ਜੀ, ਤੇ ਸਾਡਾ ਗੱਡਾ ਸੀ ਨਾ ਜਿਹੜਾ ਮਹੀਨਾ ਭਰ ਬਾਹਰ ਰਿਹਾ ਸੀ, ਉਹ ਪੁੱਛ ਕਿਵੇਂ ਜੀ ਵੀ ਸਾਡੇ ਕੋਲ ਸਾਨੂੰ ਥਾਂ ਨਹੀਂ ਸੀ ਲੱਗਦੀ। ਅੱਛਾ ਬਹਿ ਲਓ, ਅਸੀਂ ਆਖਿਆ ਵੀ ਨਹੀਂ, ਜਿੰਨਾ ਚਿਕਰ ਲੋਕ ਆ ਸਾਰੇ ਨੇ ਨਾ ਇਹਨਾਂ ਨੇ ਬਾਹ ਨਾ ਲਿਆ, ਉਹਨਾਂ ਚਿਕਰ ਸਾਨੂੰ ਅਸੀਂ ਲੱਭ ਜਾਏ। ਅੱਛਾ ਮੁੜ ਕੇ ਸਾਨੂੰ ਆਟਾ ਲੱਭਿਆ ਇੱਕ ਜੀ, ਉਸ ਆਟੇ ਦੇ ਵਿੱਚ ਫਿਰ ਅਸੀਂ ਕਿਹੜਾ ਡੇਰਾ ਲਾਇਆ। ਅੱਛਾ, ਅਤੇ ਉੱਥੇ ਤੁਹਾਡੀ 532 ਕਿੱਲੇ ਸੀ ਪੈਲੀ, ਅਤੇ ਇੱਥੇ ਕਿੰਨੀ ਪਈ? ਇੱਥੇ ਸਾਨੂੰ ਉਹਨਾਂ 8.5 ਕਿੱਲੇ। 8.5 ਬਸ? ਅਤੇ ਇੰਨੀ ਘੱਟ ਕਿਉਂ ਦਿੱਤੀ? ਬਰਾਨੀ ਜੀ ਸੀ। ਅੱਛਾ, ਉਹ ਬਰਾਨਾ ਏਰੀਆ ਸੀ ਲੱਗਦਾ, ਉਹ ਬਰਾਨਾ ਏਰੀਆ ਜਿਹੜੀ ਪੈਲੀ ਸੀ ਨਾ, ਹਾਂਜੀ, ਉਹਨੂੰ ਪਾਣੀ ਨਹੀਂ ਸੀ ਲੱਗਦਾ। ਅੱਛਾ, ਅਤੇ ਉਹਦੇ ਬਸ 8 ਕਿੱਲੇ ਹੀ ਇੱਧਰ ਪਏ? ਹਾਂਜੀ, ਇੱਧਰ ਬਸ ਸਾਡੇ ਕੋਲ ਸੀ, ਉੱਧਰ ਤਾਂ ਤੁਸੀਂ ਸਰਦਾਰ ਬੰਦੇ ਸੀ, ਹਾਂਜੀ, ਅਤੇ ਇੱਥੇ 8 ਕਿੱਲੇ ਕੀ? ਇਹ ਤਾਂ 8 ਕਿੱਲੇ ਦੇ ਮਾਲ ਦੇ ਪੱਠੇ ਨੇ ਪੂਰੇ ਹੁੰਦੇ। ਸਹੀ ਗੱਲ, ਅਤੇ ਫਿਰ 8-7 ਜੀ ਵੀ ਹੋਏ। ਜੀ ਜੀ ਬਿਲਕੁਲ ਸਹੀ ਗੱਲ। ਅਤੇ ਇੱਧਰ ਤੁਸੀਂ ਫਿਰ ਕੀ ਵੇਖਿਆ? ਇੱਧਰ ਵੀ ਕੋਈ ਵੱਢ ਟੁੱਕ ਹੋਈ ਸੀ ਜਦੋਂ ਉਦੋਂ, ਜਾਂ ਪਿੰਡਾਂ ਦੇ ਕੀ ਹਾਲਾਤ ਸੀ ਇੱਥੇ? ਪਿੰਡਾਂ ਦੇ ਕੀ ਹਾਲਾਤ? ਪਿੰਡਾਂ ਦੇ ਲਾਗ ਸੀ, ਕਮਾਦ ਖੜੇ ਸੀ। ਅੱਛਾ, ਨਰਮੇ ਖੜੇ ਸੀ ਲੋਕਾਂ ਦੇ, ਉਹਨਾਂ ਸਿੱਖਾਂ ਦੇ ਬੀਜੇ। ਹਾਂਜੀ, ਅਤੇ ਫਿਰ ਅਸੀਂ ਉਹ ਆਣ ਕੇ ਜਿਵੇਂ ਜਿਵੇਂ ਪੈਣੀਆਂ ਲੋਕਾਂ ਨੂੰ ਪੈਂਦੀਆਂ ਗਈਆਂ, ਉਵੇਂ ਜੇ ਇਸ ਮੁਰੱਬੇ 'ਚ ਹੈਗਾ ਕਮਾਦ ਹੈਗਾ ਅਤੇ ਇੱਕ ਨਰਮਾ ਹੈਗਾ, ਇਹ ਅਸੀਂ ਸੰਭਾਲ ਲਿਆ, ਐਸ ਮਗਲੇ 'ਚ ਹੈਗਾ ਉਹਦੇ 'ਚ ਤੂੰ ਸੰਭਾਲ ਲਿਆ, ਜਿਵੇਂ ਜਿਵੇਂ ਪੈਣੀਆਂ ਲੋਕਾਂ ਨੂੰ ਪੈਂਦੀਆਂ ਗਈਆਂ। ਅਤੇ ਘਰਾਂ ਦੇ ਕੀ ਹਾਲਾਤ ਸੀ? ਸਿੱਖਾਂ ਦਾ ਸਮਾਨ ਪਿਆ ਸੀ? ਕਿੱਲੇ ਕਿੱਲਾ ਚਾਹੀਦਾ, ਉਦੋਂ ਜਦੋਂ ਸਾਨੂੰ ਪੈਲੀ ਲੱਭੀ ਨਾ ਜੀ, ਉਦੋਂ ਇਹ 8 ਸਾਲ ਰਹੀ ਜੀ ਜੀ ਕਿੱਲਾ ਚਾਹੀਦਾ। ਹਾਂਜੀ। ਅੱਛਾ, ਫਿਰ ਬਾਅਦ ਦੇ ਵਿੱਚ ਇਹ ਪੱਕੀ ਲਾਟ ਵਿੰਡੋ ਮਿਲ ਗਈ ਜੀ, ਅਤੇ ਫਿਰ ਉਦੋਂ ਰੌਲਾ ਭੱਜੀ ਲਿਖਿਆ ਵੀ ਤੁਹਾਡੀ ਮਸੀਂ ਰੱਖਿਆ, ਅਤੇ ਸਾਡਾ ਵਾਲਦ ਸਾਹਿਬ ਸੀ ਨਾ ਉਹ ਕੁਛ ਜੇ ਉਦੋਂ ਗੱਲ ਕਰ ਦਿੰਦੇ ਨਾ ਵੀ ਤੁਹਾਨੂੰ ਜਨਾਬ ਇੱਕ ਤਹਿਸੀਲਦਾਰ, ਇੱਕ ਪਟਵਾਰੀ, ਇੱਕ ਕਾਨੂੰਨ ਹੋਰ ਜ਼ਿਲ੍ਹੇਦਾਰ ਜੀ ਜੀ। ਅੱਛਾ, ਇਹਨਾਂ ਸਾਨੂੰ ਇਹ ਪੈਲੀ ਪਾਈ, ਜੇ ਅਸੀਂ ਉਦੋਂ ਇੰਨੀ ਗੱਲ ਕਹਿ ਦਿੰਦੇ ਨਾ ਵੀ ਜਨਾਬ ਤੁਹਾਨੂੰ ਕਿੰਨੇ ਪੁੱਛਣਾ, ਤੁਸੀਂ ਅਸਲ ਅਸਲ ਜਾਏਗਾ ਤੁਸੀਂ ਸਾਨੂੰ 8-10 ਮਿੰਟ ਬਦਲ ਪਾਓ ਜੀ, ਮੈਂ ਕੀਤੀ ਗੱਲ ਹੀ ਨਾ ਕੀਤੀ ਸੀ, ਇੰਨੀ ਬੜੀ ਮੁੱਕਦੀ।